ਅੰਮ੍ਰਿਤਸਰ ਵਿੱਚ ਆਨੰਦ ਵਿਹਾਰ ਕਲੋਨੀ ਵੇਰਕਾ ਦੇ ਵਸਨੀਕ ਪ੍ਰਭਕਿਰਤ ਸਿੰਘ ਦੀ ਲਾਸ਼ ਮਿਲਦੇ ਸਰੇ ਇਲਾਕੇ ਵਿੱਚ ਹਾਹਾਕਾਰ ਮੱਚ ਗਈ। ਮ੍ਰਿਤਕ ਦੇ ਪਿਤਾ ਸਰਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਮੇਰਾ ਬੇਟਾ ਬਾਈਪਾਸ ਵਿਰਕੇ ਦੇ ਇੰਟਰਨੈਸ਼ਨਲ DAV ਸਕੂਲ ਵਿਖੇ 11ਵੀਂ ਜਮਾਤ ਵਿੱਚ ਪੜ੍ਹਦਾ ਸੀ। ਹਰ ਰੋਜ਼ ਦੀ ਤਰ੍ਹਾਂ ਅੱਜ ਸ਼ਾਮ ਨੂੰ ਖੇਡਣ ਵਾਸਤੇ ਗਿਆ ਅਤੇ ਕਾਫੀ ਦੇਰ ਤੱਕ ਘਰ ਨਾ ਆਉਣ ਕਰਕੇ ਤੁਰੰਤ ਪੁਲਿਸ ਨੂੰ ਇਤਲਾਹ ਕੀਤੀ। ਕਾਫੀ ਚਿਰ ਲੱਭਣ ਤੋਂ ਬਾਅਦ ਪਿੰਡ ਦੇ ਨਜ਼ਦੀਕ ਨਹਿਰ ਦੇ ਕੋਲੋਂ ਪ੍ਰਭਕਿਰਤ ਦੀ ਲਾਸ਼ ਮਿਲੀ ਅਤੇ ਉਸ ਦੇ ਸਰੀਰ ਦੇ ਬਣਨ ਵਾਲਾ ਪਰਨਾ ਉਸ ਦੇ ਗੱਲ ਦਾ ਫਾਹਾ ਬਣਿਆ। ਉਸ ਦੇ ਪਿਤਾ ਨੇ ਦੱਸਿਆ ਕਿ ਇਹ ਕੋਈ ਸੋਚੀ ਸਮਝੀ ਸਾਜਿਸ਼ ਹੈ ਕਿ ਉਸ ਦੇ ਪਰਨੇ ਨਾਲ ਉਸ ਨੂੰ ਫਾਹਾ ਦੇ ਕੇ ਮਾਰ ਦਿੱਤਾ ਗਿਆ ਅਤੇ ਪ੍ਰਸ਼ਾਸਨ ਕੋਲ ਇਹ ਮੰਗ ਕੀਤੀ ਕਿ ਸਾਡੇ ਪੁੱਤਰ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ACP ਸਰਦਾਰ ਜਸਪ੍ਰੀਤ ਸਿੰਘ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਕਿਡਨੈਪ ਹੋ ਗਿਆ ਅਤੇ ਉੱਥੇ ਨਹਿਰ ਦੇ ਵਿੱਚ ਜਾ ਕੇ ਉਹਦੇ ਪਰਨੇ ਨਾਲ ਉਹਦਾ ਗਲ ਘੁੱਟ ਕੇ ਸਾਰੇ ਇਤਰਾ। ਮੈਂ 7:30 ਵਜੇ ਆਇਆ ਅੰਮ੍ਰਿਤਸਰ ਤੋਂ, ਜਦੋਂ 8:30 ਵਜੇ ਤੱਕ ਵੀ ਬੱਚਾ ਘਰ ਨਹੀਂ ਆਇਆ। ਅਸੀਂ ਇੱਕ ਦੂਜੇ ਨੂੰ ਫੋਨ ਲਾਏ ਅਤੇ ਉਹਦੇ ਥਰੂ ਚਲੇ ਗਿਆ 7:30 ਦਾ। 8:19 ਦੇ ਇੱਥੋਂ ਘਰੋਂ ਨਿਕਲਿਆ। 8:40 ਦੇ ਉਹਦਾ ਮੋਬਾਈਲ ਟਰੇਸ ਹੋਇਆ, ਐਕਟਿਵਾ ਜਿਹੜੀ ਆ ਉਹ ਵੀ ਗਈ, ਮੋਬਾਈਲ ਵੀ ਉਹਦੇ ਕੋਲ ਸੀਗਾ ਉਹ ਵੀ ਲਿਆ ਅਤੇ ਨਾਲ ਉਹਦੇ ਹੀ ਪਰਦੇ ਨਾਲ ਜਿਹੜਾ ਉਹਦਾ ਗਲ ਘੁੱਟ ਕੇ ਮਾਰ ਦਿੱਤਾ, ਨਹਿਰ ਵਿੱਚ ਸੁੱਟ ਦਿੱਤਾ। ਨਹਿਰ ਵਗਣ ਡੀ ਸੀ ਅਤੇ ਇੱਕ ਤਾਂ ਰੱਬ ਸੋਬੀ ਕਿਤੇ ਅੜਿਆ ਰਿਹਾ, ਸਾਡੇ ਬੰਦੇ ਗਏ ਉੱਥੋਂ ਲੱਭ ਕੇ ਲਿਆਏ। ਠੀਕ, ਉੱਥੋਂ ਨਾ ਫਿਰ ਸਾਨੂੰ ਪਤਾ ਲੱਗਾ, ਫਿਰ ਸਾਨੂੰ ਫੋਨ ਆਇਆ ਇੱਥੇ ਐਕਸਕੋਰਟ ਹੋਸਪਿਟਲ ਆ ਜਾਓ, ਥੋੜ੍ਹੀ ਜਿਹੀ ਸੱਟ ਲੱਗੀ ਤੁਸੀਂ ਆ ਜਾਓ। ਅਸੀਂ ਗਏ ਅਤੇ ਫਿਰ ਵੇਖਿਆ ਅਤੇ ਜਾਂਦਿਆਂ ਬੱਚਾ ਡੈਡ ਸੀਗਾ। ਹਾਂਜੀ ਸਰ, ਅੱਛਾ ਨੂੰ ਇਹ ਅੱਜ ਸਾਨੂੰ ਇੱਕ ਇੱਥੋਂ ਵੇਰਕੇ ਦੇ ਰਿਹਾਇਸ਼ੀ ਹੈਗੇ ਨੇ ਜੀ। ਇਹ ਲੜਕੇ ਦਾ ਨਾਮ ਹੈਗਾ ਜੀ ਪ੍ਰਭਕਿਰਤ ਸਿੰਘ, ਸਨ ਆਫ ਬਲਜੀਤ ਸਿੰਘ, 16 ਸਾਲ ਦਾ ਲੜਕਾ। ਸਾਨੂੰ ਪਤਾ ਲੱਗਿਆ ਸੀਗਾ ਵੀ ਹੁਣੇ ਹੀ ਥੋੜ੍ਹੀ ਦੇਰ ਪਹਿਲਾਂ ਹੀ ਸਾਨੂੰ ਇਸ ਗੱਲ ਬਾਰੇ ਪਤਾ ਲੱਗਿਆ ਸੀ ਕਿ ਇੱਦਾਂ ਕਰਕੇ ਇੱਕ ਡੈੱਡ ਬੋਡੀ ਉੱਥੇ ਮਿਲੀ ਹੈਗੀ ਆ। ਅਸੀਂ ਮੌਕੇ 'ਤੇ ਇਮੀਡੀਏਟਲੀ ਪਹੁੰਚੇ ਅਤੇ ਮੀਨਵਾਈਲ ਉਹ ਜਿਹੜੀ ਡੈੱਡ ਬੋਡੀ ਹੈਗੀ ਆ ਉਹਦੇ ਪਰਿਵਾਰ ਵਾਲੇ ਐਸਕੋਟ ਜਿਹੜਾ ਹੋਸਪਿਟਲ ਇੱਥੇ ਲੈ ਆਏ ਸੀ। ਅਸੀਂ ਉੱਥੇ ਪਹੁੰਚੇ ਅਤੇ ਡੈੱਡ ਬੋਡੀ ਦੇਖੀ, ਜਿੱਥੋਂ ਉਹ ਡੈੱਡ ਬੋਡੀ ਲੈ ਕੇ ਆਏ ਹਾਂ ਚੁੱਕ ਕੇ ਲੱਭਦੇ ਲਵਾਉਂਦੇ, ਉੱਥੇ ਮੌਕੇ 'ਤੇ ਜਾ ਕੇ ਦੇਖੀ ਗਈ ਗੱਲ। ਅਤੇ ਜੋ ਵੀ ਹੈਗਾ ਸਾਡਾ ਕਾਨੂੰਨ ਦੇ ਅਨੁਸਾਰ ਜਿਹੜੀ ਕਾਰਵਾਈ ਕਰਨੀ ਬਣਦੀ ਅਸੀਂ ਅਮਲ 'ਚ ਲਿਆ ਰਹੇ ਹਾਂ। ਇਹ ਬਿਆਨ ਪ੍ਰਭਕਿਰਤ ਸਿੰਘ ਹੈਗਾ, ਜਿਵੇਂ ਮੈਂ ਹੁਣੇ ਦੱਸਿਆ ਵੇਰਕਾ ਦਾ ਹੀ ਰਹਿਣ ਵਾਲਾ ਜੀ, ਅਤੇ 16 ਸਾਲ ਦਾ ਹੈਗਾ, 11ਵੀਂ ਕਲਾਸ 'ਚ ਪੜ੍ਹਦਾ ਸੀ। ਅਤੇ ਉਹਦੇ ਫੈਮਿਲੀ ਬਿਆਨ ਲਿਖਾ ਰਹੀ ਹੈ ਜੀ, ਅਸੀਂ ਕਾਰਵਾਈ ਅਮਲ 'ਚ ਲਿਆ ਰਹੇ ਹਾਂ। ਜੋ ਹਾਲੇ ਤੱਕ ਦੇਖਣ 'ਚ ਆਇਆ ਹੈਗਾ ਇਹਦੀ ਜਿਹੜੀ ਡੈੱਥ ਹੈ ਸ਼ੱਕੀ ਲੱਗ ਰਹੀ ਹੈ, ਅਤੇ ਉਹਦੇ ਵਿੱਚ ਅਸੀਂ FIR ਰਜਿਸਟਰ ਕਰ ਰਹੇ ਹਾਂ। ਹਾਲੇ ਤੱਕ ਇਹਦੇ ਬਾਰੇ ਸਾਨੂੰ ਕੋਈ ਕਲੀਅਰ ਨਹੀਂ ਹੋਇਆ, ਹਾਲੇ ਬਹੁਤ ਹੀ ਇਨੀਸ਼ੀਅਲ ਸਟੇਜ ਹੈ, ਹਾਲੇ ਤਾਂ ਉਹ ਸਟੇਟਮੈਂਟ ਲਿਖਾ ਰਹੇ ਹਾਂ ਆਪਣੇ ਪਰਿਵਾਰ ਵਾਲੇ। ਸੋ ਜਿਵੇਂ ਵੀ ਸਟੇਟਮੈਂਟ ਲਿਖਾਵਾਂਗੇ ਉਹਦੇ ਅਕੋਰਡਿੰਗਲੀ ਅਸੀਂ ਆਪਣੀ ਇਨਵੈਸਟੀਗੇਸ਼ਨ ਅੱਗੇ ਅਮਲ 'ਚ। ਹਾਂ ਸਰ, ਤੁਹਾਨੂੰ ਇੱਦਾਂ ਲੱਗਦਾ ਜਿਸ ਤਰ੍ਹਾਂ ਕੱਲ੍ਹ ਹੀ ਹਜੇ ਇੱਕ ਡੈੱਡ ਬੋਡੀ ਮਕਬੂਲਪੁਰ ਇਲਾਕੇ 'ਚੋਂ ਮਿਲੀ ਗਈ, ਅੱਜ ਇਹ ਚਾਂਸ ਦੂਸਰਾ ਨਜ਼ਰ ਆ ਗਿਆ, ਅਤੇ ਸ਼ਹਿਰ ਦੇ ਵਿੱਚ ਕੀ ਕਹਿਣਾ ਚਾਹੋਗੇ ਸਰ ਇਹਦੇ ਬਾਰੇ? ਇਹਦੇ ਬਾਰੇ ਮੈਂ ਇਹ ਕਹਿਣਾ ਚਾਹੂੰਗਾ ਜੀ, ਜੋ ਸਾਡਾ ਕਰਨਾ ਕੰਮ ਬਣਦਾ ਹੈਗਾ ਇਹਦੇ ਬਾਰੇ, ਜੋ ਵੀ ਡਿਫਰੈਂਟ ਕੇਸਾਂ ਦੇ ਵਿੱਚ ਅਕਿਊਜ਼ ਰਿਸਪੋਂਸੀਬਲ ਹੈ, ਉਹਨਾਂ ਨੂੰ ਇਨਵੈਸਟੀਗੇਟ ਕਰਕੇ ਸਾਹਮਣੇ ਲੈ ਕੇ ਆਉਣਾ ਅਤੇ ਉਹਨੂੰ ਸਜ਼ਾ ਦਿਵਾਉਣਾ, ਉਹ ਸਾਡਾ ਕੰਮ ਹੈ, ਅਸੀਂ ਉਹ ਜਲਦੀ ਆਪਣਾ ਕੰਮ ਪੂਰਾ ਕਰ ਦਾਂਗੇ। ਸਰ, ਪਿੱਛੇ ਸੀਪੀ ਸਾਹਿਬ ਦਾ ਇੱਕ ਬਿਆਨ ਆਇਆ ਸੀ ਜੀ 24 ਘੰਟੇ ਨਾਕੇ ਦਾ, ਚੌਵੀ ਘੰਟੇ ਨਾਕਾ ਹੈਗਾ ਜੀ, ਮੂਦਲ ਹੈਗਾ ਇਸ ਟਾਈਮ, ਬੱਲੇ ਹੈਗਾ, ਦੋਨੋਂ ਇਸ ਟਾਈਮ ਨਾਕੇ ਚਾਲੂ ਨੇ, ਇਸ ਟਾਈਮ ਤੁਸੀਂ ਦੇਖ ਸਕਦੇ ਹੋ ਜਾ ਕੇ। ਰਣਜੀਤ ਸਿੰਘ ਜੀ, ਹਾਂਜੀ ਭਾਅ ਜੀ, ਕੀ ਹੋਇਆ ਸੀ? ਯਾਰ ਜੀ, ਸਾਡਾ ਬ੍ਰਦਰ ਅੱਜ 7 ਵਜੇ ਤੋਂ ਕਰੀਬ ਆਇਆ ਸੀ ਟਿਊਸ਼ਨ ਪੜ੍ਹਨ ਵਾਸਤੇ। ਅੱਛਾ ਜੀ। ਹਾਂਜੀ, ਉਸ ਤੋਂ ਬਾਅਦ ਮੇਰਾ ਨਾਮ ਰਣਜੀਤ ਸਿੰਘ, ਠੀਕ ਹੈ ਜੀ। ਹਾਂਜੀ ਭਾਅ ਜੀ, ਕੀ ਹੋਇਆ ਸੀ? ਯਾਰ ਸੀ, ਮੇਰਾ ਬ੍ਰਦਰ 7 ਵਜੇ ਟਿਊਸ਼ਨ 'ਤੇ ਗਿਆ ਸੀ ਅਤੇ ਉਸ ਤੋਂ ਬਾਅਦ ਵਾਪਸ ਨਹੀਂ ਆਇਆ, ਠੀਕ ਹੈ ਜੀ। ਉਹ ਬੈਟ ਬੋਲ ਖੇਡਣ ਤਕਰੀਬਨ ਜਾਂਦਾ ਆਪਣੇ ਘਰ ਤੋਂ, ਆਪਣੇ ਚਾਚਾ ਜੀ ਦੇ ਘਰ, ਉਹਨਾਂ ਦਾ ਛੋਟਾ ਬੇਟਾ ਵੀ ਜਾਂਦਾ ਨਾਲ, ਅਤੇ ਸਾਨੂੰ ਤਕਰੀਬਨ 8 ਵਜੇ ਦੇ ਕਰੀਬ ਸਾਨੂੰ ਪਤਾ ਲੱਗਾ ਸਾਡੇ ਘਰ ਆਏ ਉਹਨਾਂ ਦੇ ਪਿਤਾ ਜੀ ਵੀ ਤੁਹਾਡਾ ਬ੍ਰਦਰ ਵੀ ਯਾਨੀ ਕਿ ਮਿਸ ਗਿਆ, ਵੀ ਤੁਸੀਂ ਲੱਭੋ ਉਹਨਾਂ ਨੂੰ। ਅਸੀਂ ਸਾਰੇ ਭਰਾ ਯਾਨੀ ਕਿ ਨਾਲ ਮੁਹੱਲੇ ਦੇ ਮੁੰਡੇ ਵੀ 15-16 ਮੋਟਰਸਾਈਕਲ ਸੀ, ਅਤੇ ਅਸੀਂ ਉਹਨਾਂ ਲੱਭਣ ਵਾਸਤੇ ਚੱਲ ਗਏ ਹਾਂ। ਸਾਰੇ ਪਿੰਡ ਆਪਾਂ ਲੱਭੇ ਆ, 4 ਪਿੰਡ ਲੱਭੇ, ਵੀਰਕਾ, ਮੁਦਰ, ਜਹਾਂਗੀਰ, ਸੋਈਆਂ, ਠੀਕ ਹੈ ਜੀ। ਬਾਰੋ 'ਚ ਲੱਭ ਕੇ ਸਾਰੇ ਪਿੰਡ ਤੋਂ 11:30-12 ਵਜੇ ਦੇ ਕਰੀਬ ਅਸੀਂ ਨਹਿਰ ਦੇ ਕੰਢੇ ਗਏ, ਭੋਠੀਆਂ ਨਹਿਰ ਠੋਕਰ, ਉੱਥੇ ਗਏ ਸੀ। ਉੱਥੇ ਆਪਾਂ ਟਾਰਚ ਜਗਾ ਕੇ ਦੇਖਿਆ ਅਤੇ ਉੱਥੇ ਸਾਡੇ ਬ੍ਰਦਰ ਦੀ ਲਾਸ਼ ਧਰਦੀ ਪਈ ਸੀ। ਸੁਖਵਿੰਦਰ ਸਿੰਘ ਕੋਹਲੀ ਅਤੇ ਮਨਜੀਤ ਸਿੰਘ ਦੀ ਰਿਪੋਰਟ, ਪੰਜਾਬੀ ਐਕਟਿਵ TV, ਅੰਮ੍ਰਿਤਸਰ।